ਦੇਖੋ ਜਿਹੜਾ ਅੱਜ ਦਾ ਮਾਰਸੀ ਨਿਰੰਤਰ ਕਈ ਦਿਨਾਂ ਤੋਂ ਕਾਂਗਰਸ ਪਾਰਟੀ ਅਸੀਂ ਸਾਰੇ ਲੋਕ ਕਿਸਾਨਾਂ ਦੀ ਨਾਲ ਲੜਾਈ ਲੜ ਰਹੇ ਹਾਂ, ਉਹਨਾਂ ਦੀ ਲੜਾਈ ਲੜ ਰਹੇ ਹਾਂ, ਲੇਕਿਨ ਪਿੱਛੇ ਹੋ ਕੇ ਪਹਿਲੇ ਦਿਨ ਹੀ ਸਾਡੇ ਲੀਡਰ ਰਾਹੁਲ ਗਾਂਧੀ ਨੇ ਜਿਹੜੇ ਲੋਕ ਫੱਟੜ ਹੋਏ ਸੀ ਉਹਨਾਂ ਨਾਲ ਗੱਲ ਕੀਤੀ। ਉਸ ਤੋਂ ਬਾਅਦ ਨਿਰੰਤਰ ਅਸੀਂ ਕੈਂਡਲ ਮਾਰਚ ਔਰ ਚੀਫ ਸੈਕਟਰੀ ਨੂੰ ਇਹ ਮੰਗ ਕੀਤੀ ਸੀ ਵੀ ਸਾਡੀਆਂ ਬਰੂਹਾਂ ਤੇ ਆ ਕੇ ਜਿਹੜੀਆਂ ਗੋਲੀਆਂ ਤੇ ਸਾਡੇ ਲੋਕਾਂ ਨੂੰ ਫੱਟੜ ਕਰਤਾ ਉਹਨਾਂ ਤੇ ਪਰਚਾ ਹੋਣਾ ਚਾਹੀਦਾ। ਫਿਰ ਅਸੀਂ ਪਰਚਾ ਅਸੀਂ ਧਰਨਾ ਵੀ ਦਿੱਤਾ ਸੰਗਰੂਰ SSP ਦੇ ਬਾਹਰ, ਮੈਂ ਲਿਖਤੀ ਕੰਪਲੇਂਟ ਦਿੱਤੀ, ਕੈਂਡਲ ਮਾਰਚ ਹੋਏ। ਇਸ ਦੇ ਬਾਵਜੂਦ ਅਸੀਂ ਕਿਸਾਨ ਬਚਾਓ ਮਾਰਚ ਕੱਢਿਆ ਕੱਲ ਪੂਰੇ ਪੰਜਾਬ ਭਰ ਦੇ ਵਿੱਚ। ਅੱਜ ਅਸੀਂ ਪਿੰਡ ਚੌਂਕੇ ਤੋਂ ਲੈ ਕੇ ਬੱਲੋ ਤੱਕ ਇੱਕ ਪੈਦਲ ਮਾਰਚ ਕੀਤਾ ਤਾਂ ਜੋ ਇਹ ਸਿੰਬੋਲਿਕ ਇੱਕ ਸੁਨੇਹਾ ਦੇਣ ਦੀ ਲੋੜ ਹੈ ਕਿ ਅਸੀਂ ਸਾਰੇ ਲੋਕ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ। FIR ਨੂੰ ਕਿਵੇਂ ਦੇਖਦੇ ਹੋ, ਜਿਸ ਤਰ੍ਹਾਂ ਦੇ ਨਾਲ ਹੋਈ ਆ, ਬਾਈ ਨੇਮ ਕਿਸੇ ਤੇ ਪਰਚਾ? ਦੇਖੋ ਜਿਹੜੀ FIR ਹੋਈ ਹੈ ਤਾਂ ਬਗਰਾੜੀ ਕਾਂਡ ਦੁਹਰਾਇਆ ਗਿਆ, ਬਗਰਾੜੀ ਦੇ ਵਿੱਚ ਵੀ ਇਸੇ ਤਰ੍ਹਾਂ FIR ਦਰਜ ਕੀਤੀ ਗਈ ਸੀ ਬਿਨਾਂ ਨਾਮ। ਉਹਦਾ ਕੀ ਮਤਲਬ, ਉਹ ਤਾਂ ਤਿੰਨ ਕਾਗਜ਼ ਹੈ ਕਾਲੇ। 7 ਦਿਨਾਂ ਤੋਂ ਜੱਦੋ ਜਹਿਦ ਤੋਂ ਬਾਅਦ ਵਿਚਾਰੇ ਕਿਸਾਨ ਲੜਾਈ ਲੜਦੇ ਰਹੇ ਤੇ ਪਰਚਾ ਦਰਜ ਕੀਤਾ ਬਿਨਾਂ ਨਾਮ। ਦੇਖੋ ਗੋਲੀ ਚੱਲੀ, ਬੰਦੇ ਦੀ ਮੌਤ ਹੋ ਗਈ, ਕੋਈ ਕਹਿੰਦਾ ਰਬੜ ਦੀ ਗੋਲੀ ਹੈ, ਕੋਈ ਕਹਿੰਦਾ ਦੂਜੀ ਗੋਲੀ ਹੈ, ਕਿਹਨੇ ਚਲਾਈ? ਪੁਲਿਸ ਨੇ ਚਲਾਈ। ਇੱਕ ਪਾਸੇ 5,000 ਪੁਲਿਸ ਦਾ ਮੁਲਾਜ਼ਮ ਹੈ, ਇੱਕ ਪਾਸੇ ਕਿਸਾਨ ਸੀ, ਗੋਲੀ ਤਾਂ ਕੋਈ ਚਲਾ ਕੇ ਮੁੰਡੇ ਨੂੰ ਮਾਰ ਕੇ ਗਿਆ। ਬਾਏ ਨੇਮ ਪਰਚਾ ਹਰਿਆਣਾ ਦੀ ਪੁਲਿਸ ਤੇ ਪਰਚਾ ਦਰਜ ਕਰਨਾ ਚਾਹੀਦਾ ਸੀ ਕਮ ਸੇ ਕਮ, ਤੇ ਫਿਰ ਤਬਦੀਸ਼ ਕਰਕੇ ਬਾਏ ਨੇਮ ਉਹਦਾ ਵਿਅਕਤੀ ਦਾ ਨਾਂ ਪੁੱਟ ਕਰਨਾ ਚਾਹੀਦਾ ਸੀ ਜਿਹਨੇ ਗੋਲੀ ਮਾਰ ਕੇ ਇਸ ਨੌਜਵਾਨ ਸ਼ੁਭਕਰਨ ਦੀ ਇਹਨੂੰ ਮਾਰਿਆ। ਸੋ ਮੈਨੂੰ ਲੱਗਦਾ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਸਾਹਮਣੇ ਮੁਕੰਮਲ ਤੌਰ ਤੇ ਗੋਡੇ ਟੇਕ ਪਰਿਵਾਰ ਦੇ ਨਾਲ ਖੜਾ, 100 ਤੇ ਬਾਰ ਦਿਆਂਗਾ, ਪਰ ਮੈਂ ਕਿਸਾਨਾਂ ਦੇ ਨਾਲ। ਦੇਖੋ ਗੱਲ ਸੁਣੋ, ਪ੍ਰਿਤਪਾਲ ਹਜੇ ਜੇਰੇ ਇਲਾਜ ਹਸਪਤਾਲ ਚ ਪਿਆ, ਮੈਂ ਉਹਨੂੰ ਮਿਲ ਕੇ ਆਇਆ, 2 ਵਾਰੀ ਮੇਰੀ ਘਰ ਵਾਲੀ ਮਿਲ ਕੇ ਆਈ ਆ, ਰੱਸਾ ਪਾ ਕੇ ਉਹਨੂੰ ਖਿੱਚਿਆ, ਉਹਦੇ ਮੂੰਹ ਚ ਪਲੇਟ ਪਈਆਂ, ਬੋਲ ਨਹੀਂ ਸਕਦਾ, ਉਹਦਾ ਹਰ ਇੱਕ ਅੰਗ ਫ੍ਰੈਕਚਰ ਹੈ। FIR ਕਿਉਂ ਨਹੀਂ ਦਰਜ ਕਰਦਾ ਮੁੱਖ ਮੰਤਰੀ? ਉਹ ਸਿੱਧਾ ਕਹਿ ਰਿਹਾ ਕਿ ਮੈਨੂੰ ਹਰਿਆਣਾ ਪੁਲਿਸ ਨੇ ਕੁੱਟਿਆ ਤੇ ਮੈਨੂੰ ਮਾਰਿਆ, ਮੇਰਾ ਸਾਰਾ ਸਰੀਰ ਉਹਨਾਂ ਨੇ ਤੋੜਿਆ, ਕਿਉਂ ਨਹੀਂ ਕਰ ਰਿਹਾ? ਸਾਰੇ ਜਿੰਨੇ ਬੰਦੇ ਫੱਟੜ ਹੈ ਇੱਥੇ, ਕਿਸੇ ਦੇ 60 ਵੱਜੇ, MLR ਦੀ ਰਿਪੋਰਟ ਆਉਂਦੀ ਆ, 24-25 ਦਾ ਦਰਜਾ ਪਰਚਾ ਦਰਜ ਹੋ ਜਾਂਦਾ ਮਾੜੇ ਦੀ, ਜਿਨ੍ਹਾਂ ਦੀਆਂ ਅੱਖਾਂ ਜਿਨ੍ਹਾਂ ਦੀਆਂ ਕੱਢਤੀਆਂ, ਲੱਤਾਂ ਤੋੜਤੀਆਂ, MLR ਦੀ ਰਿਪੋਰਟ ਉਹਨਾਂ ਦੇ ਬਿਆਨ ਲਵੇ, ਕਿਸਾਨ ਜਥੇਬੰਦੀਆਂ ਇਹੀ ਤਾਂ ਮੰਗ ਕਰ ਰਹੀਆਂ। ਪਰ ਮੇਰੇ ਕਹਿਣ ਦਾ ਬਾਵਜੂਦ, ਸਾਰੇ ਪੰਜਾਬ ਦੇ ਲੋਕਾਂ ਦੇ ਕਹਿਣ ਦੇ ਬਾਵਜੂਦ, ਪੰਜਾਬ ਦੇ ਮੁੱਖ ਮੰਤਰੀ ਦੇ ਸਿਰ ਤੇ ਜੂ ਨਹੀਂ ਸਕਦੀ, ਟਸ ਤੋਂ ਮਸ ਨਹੀਂ ਹੋਇਆ, ਕਿਉਂਕਿ ਵਾਅਦਾ ਕੀਤਾ ਹੋਇਆ ਅਮਿਤ ਸ਼ਾਹ ਨੇ, ਬਿਲਕੁਲ ਨਹੀਂ ਦਿਉਂਗਾ ਮੁਕੱਦਮਾ ਦਰਜ, ਨਹੀਂ ਕਰੂੰਗਾ ਪਰਚਾ ਦਰਜ, ਨਹੀਂ। ਪਹਿਲਾਂ ਦੱਸੋ, ਹਰਿਆਣੇ ਦੀ ਪੁਲਿਸ ਦੀ ਐਡੀ ਤਾਕਤਵਰ ਹੋ ਗਈ ਵੀ ਉਹ ਪੰਜਾਬ ਦੇ ਲੋਕਾਂ ਨੂੰ ਸਾਡੀ ਜੂ ਚ ਆ ਕੇ ਮਾਰਨ ਲੱਗ ਪਈ? ਇਹ ਸ਼ਹਿ ਕਿਹਨੇ ਦਿੱਤੀ? ਸਾਡੇ ਵਾਲੇ ਨੇ। ਇਸੇ ਕਰਕੇ ਇਹਨਾਂ ਨੇ ਹੈਡਰੇ ਰੋਕੇ, ਇਸੇ ਕਰਕੇ ਇਹਨਾਂ ਨੇ JCB ਰੋਕੀਆਂ, ਇਸੇ ਕਰਕੇ ਇਹਨਾਂ ਨੇ ਮਸ਼ੀਨਾਂ ਰੋਕੀਆਂ, ਕਿਉਂਕਿ ਰਲੇ ਵੇ ਹੈ, ਨਹੀਂ ਤਾਂ ਕਿਸੇ ਦੀ ਜ਼ਰੂਰਤ ਹੀ ਨਹੀਂ ਪੈਂਦੀ ਯਾਰ। ਪੰਜਾਬੀ ਤਾਂ ਆਪ ਕੁੱਟ ਕੇ ਤਾਂ ਭਾਵੇਂ ਆ ਜਾਣ, ਇੱਥੇ ਪੰਜਾਬੀਆਂ ਨੂੰ ਕੁੱਟ ਕੁੱਟ ਕੇ ਲਹੂ ਲੁਹਾਣ ਕਰ ਦਿੱਤਾ ਗਿਆ, ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਵਿਖੀ ਜਾਂਦੀ। ਤੁਹਾਡੇ ਵੱਲੋਂ ਕੋਈ ਕਾਨੂੰਨੀ ਪ੍ਰਕਿਰਿਆ ਜਾਂ? ਮੈਂ ਕਾਨੂੰਨੀ ਪ੍ਰਕਿਰਿਆ ਕੋਰਟ 'ਚ ਵੀ ਗਿਆ ਔਰ ਮੈਂ ਲਿਖਤੀ ਕੰਪਲੇਂਟ ਦਰਜ ਕੀਤੀ ਹੈ, ਹਾਲਾਂਕਿ ਕਿਸੇ ਵੀ ਬੰਦੇ ਦੀ ਕੰਪਲੇਂਟ ਤੇ ਮੁਕੱਦਮਾ ਦਰਜ FIR ਹੋਣੀ ਚਾਹੀਦੀ ਹੈ, ਇਹ ਸੁਪਰੀਮ ਕੋਰਟ ਦਾ ਕਾਨੂੰਨ ਕਹਿੰਦਾ। ਕੋਈ ਵਿਅਕਤੀ ਮਰ ਗਿਆ ਯਾਰ, ਅਸੀਂ ਭਾਵੇਂ ਹਰਿਆਣੇ ਜਾ ਕੇ ਮਰ ਗਿਆ ਕੋਈ ਪੰਜਾਬ ਦਾ ਬੰਦਾ, ਫਿਰ ਪਰਚਾ ਨਹੀਂ ਦਰਜ ਹੋਊਗਾ? ਸਾਨੂੰ ਮੰਨ ਲਾ ਕਲਕੱਤੇ ਜਾ ਕੇ ਕਿਸੇ ਨੇ ਮਾਰਤਾ, ਪਰਚਾ ਤਾਂ ਦਰਜ ਬਣਦਾ ਕਿ ਨਹੀਂ ਬਣਦਾ? ਕੀ ਸਾਡੇ ਤੇ ਕੀ ਕੀਤਾ ਮੁੱਖ ਮੰਤਰੀ ਸਾਹਿਬ ਨੇ? 7 ਦਿਨਾਂ ਬਾਅਦ FIR ਕਰਕੇ ਕੋਈ ਅਹਿਸਾਨ ਕੀਤਾ? FIR ਹੋਣੀ ਸਾਡਾ ਮੁੱਢਲਾ ਅਧਿਕਾਰ ਹੈ,
ਕਾਂਗਰਸ ਕੱਲ ਪਾਵਰ ਦੇ ਵਿੱਚ ਕਦੋਂ ਵੀ ਆਉਂਦੀ ਹੈ ਕੋਈ ਕਾਂਗਰਸ ਦੇ ਵੱਲੋਂ ਇਸ ਤਰ੍ਹਾਂ ਦਾ ਐਕਸ਼ਨ ਹੋਵੇਗਾ ਕਿਉਂਕਿ ਬਹੁਤ ਸਾਰੇ ਉਸ ਤਰ੍ਹਾਂ ਦਾ ਹੋ ਜਾਂਦਾ ਹੈ ਕਿ ਨਹੀਂ ਬ੍ਰਦਰ ਇਹਦੇ ਬਾਰੇ ਅਗਲੀ ਗੱਲ ਕਰਾਂ ਤਿੰਨਾਂ ਸਾਲਾਂ ਨੂੰ ਅੱਜ ਕੱਲ ਉਹ ਗੱਲ ਪਸੰਦ ਨਹੀਂ ਕਰਦੀ ਸੋ ਜਦੋਂ ਆਵਾਂਗੇ ਉਦੋਂ ਵੇਖਾਂਗੇ ਔਰ ਕਰਾਂਗੇ ਅੱਜ ਕੱਲ ਲੋਕਾਂ ਨੂੰ ਇਹ ਲੱਗਦਾ ਵੀ ਬਹੁਤ ਸਾਰੀਆਂ ਅਸੀਂ ਗੱਲਾਂ ਕਹਿ ਦਿੰਦੇ ਹਾਂ ਜਿਹੜੀਆਂ ਅਸੀਂ ਪੂਰੀਆਂ ਨਹੀਂ ਕਰਦੇ ਅੱਜ ਦੇ ਮੌਕੇ ਦੀ ਪ੍ਰੈਜ਼ੈਂਟ ਲੜਾਈ ਲੜਦੇ।